ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਇੱਕ ਮਸ਼ੀਨ ਵਰਕ ਦਾ ਡਿਜ਼ਾਇਨ ਤੁਹਾਡੇ ਨਾਲ ਪਾਰਟੀ ਵੀ ਸ਼ੇਅਰ ਕਰਾਂਗੇ। ਸੋ ਜਿਵੇਂ ਜਿਵੇਂ ਹੀ ਸੂਟਸ ਦੇ ਜਿਹੜੇ ਆਰਡਰ ਹੈ ਬਣ ਰਹੇ ਹੈਗੇ ਆ, ਉਸ ਤਰ੍ਹਾਂ ਮੈਂ ਤੁਹਾਡੇ ਨਾਲ ਡਿਜ਼ਾਇਨ ਆ ਜਿਹੜੇ ਸ਼ੇਅਰ ਕਰ ਰਹੀ ਹਾਂ। ਸੋ ਬਹੁਤ ਸਾਰੇ ਜਿਹੜੇ ਕਲਾਇੰਟ ਹੈਗੇ ਆ ਉਹ ਪਿਕਸ ਕਹਿ ਦਿੰਦੇ ਆ ਕਿ ਤੁਸੀਂ ਪਿਕਸ ਭੇਜ ਦਿਓ। ਸੋ ਇਹ ਪੋਸੀਬਲ ਨਹੀਂ ਹੈਗਾ ਜੀ ਕਿ ਮੈਂ ਤੁਹਾਨੂੰ ਪਿਕਸ ਭੇਜ ਸਕਾਂ। ਸੋ ਜੋ ਵੀ ਲੇਟੈਸਟ ਹੈ, ਜੋ ਵੀ ਬਣ ਰਿਹਾ ਹੈਗਾ, ਉਹ ਵੀਡੀਓ ਦੇ ਵਿੱਚ ਹੈ। ਸੋ ਤੁਸੀਂ ਮੇਰੀਆਂ ਬੈਗ 'ਤੇ ਜਾ ਕੇ ਵੀਡੀਓਜ਼ ਦੇਖ ਸਕਦੇ ਹੋ, ਔਰ ਉਹਦੇ ਵਿੱਚ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਡਿਜ਼ਾਇਨ ਮਿਲੂਗਾ, ਹਲਕਾ ਹੈਵੀ। ਸੋ ਸਮਝ ਵਾਲੇ ਡਿਜ਼ਾਇਨ ਵੀ ਹੈ, ਪਾਰਟੀ ਵੀਅਰ ਵੀ ਹੈ, ਪਾਰਟੀ ਸਮਝ ਵਾਲੇ ਡਿਜ਼ਾਇਨ ਵੀ ਤੁਹਾਡੇ ਨਾਲ ਅਲੱਗ ਅਲੱਗ ਤਰ੍ਹਾਂ ਦੇ ਮੈਂ ਸ਼ੇਅਰ ਕੀਤੇ ਆ। ਹੈਵੀ ਹੈਂਡਵਰਕ ਦੇ ਡਿਜ਼ਾਇਨ ਵੀ ਹੈ। ਸੋ ਤੁਸੀਂ ਪਿਛਲੀਆਂ ਵੀਡੀਓਜ਼ ਆ ਜਿਹੜੀਆਂ ਚੈੱਕ ਕਰ ਸਕਦੇ ਹੋ। ਦੈਨ ਤੁਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਵਟਸਐਪ ਨੰਬਰ ਲੈ ਕੇ ਤੁਸੀਂ ਮੇਰੇ ਨਾਲ ਵਟਸਐਪ 'ਤੇ ਕੰਟੈਕਟ ਕਰ ਸਕਦੇ ਹੋ। ਜਿਵੇਂ ਵੀ ਤੁਹਾਨੂੰ ਸੂਟ ਚਾਹੀਦਾ, ਓਨਲੀ ਸੂਟ ਚਾਹੀਦਾ, ਵਿਦਆਊਟ ਦੁਪੱਟਾ ਚਾਹੀਦਾ ਜਾਂ ਵਿਦ ਸਟਿਚਿੰਗ ਚਾਹੀਦਾ ਹੈਗਾ, ਜਿਵੇਂ ਵੀ ਤੁਸੀਂ ਔਡਰ ਕਰੋਗੇ ਤੁਹਾਨੂੰ ਸੂਟ ਆ ਜਿਹੜਾ ਵਿਦਇਨ 15 ਜਾਂ 20 ਡੇਜ਼ ਦੇ ਵਿੱਚ ਆ ਜਿਹੜਾ ਮਿਲ ਜਾਏਗਾ। ਸੋ ਅਕਾਊਂਟ ਦੇ ਵਿੱਚ ਪੇਮੈਂਟ ਆ ਜੀ, ਕੈਸ਼ ਔਨ ਡਿਲੀਵਰੀ ਨਹੀਂ ਹੈਗੀ। ਜਿਵੇਂ ਜਿਵੇਂ ਵੀ ਤੁਸੀਂ ਕੁਸ਼ਚਨ ਦੇ ਜਵਾਬ ਕੁਸ਼ਚਨ ਪੁੱਛ ਰਹੇ ਹੋ, ਉਸ ਤਰ੍ਹਾਂ ਦੇ ਜਵਾਬ ਆ ਜਿਹੜੇ ਮੈਂ ਤੁਹਾਨੂੰ ਵੀਡੀਓਜ਼ ਦੇ ਵਿੱਚ ਜ਼ਰੂਰ ਦਿਆ ਕਰਾਂਗੀ। ਕੈਸ਼ ਔਨ ਡਿਲੀਵਰੀ ਨਹੀਂ ਹੈਗਾ ਜੀ, ਇਹ ਅਕਾਊਂਟ ਦੇ ਵਿੱਚ ਐਡਵਾਂਸ ਪੇਮੈਂਟ ਹੈ। ਔਰ ਕੋਈ ਵੀ ਜਿਹੜਾ ਪ੍ਰਾਈਜ਼ ਹੈਗਾ ਉਹ ਤੁਸੀਂ ਮੈਨੂੰ ਵਟਸਐਪ 'ਤੇ ਹੀ ਪੁੱਛ ਸਕਦੇ ਹੋ। ਸੋ ਇਹ ਜਿਹੜਾ ਡਿਜ਼ਾਇਨ ਹੈਗਾ ਜੀ, ਇਹ ਬਣਿਆ ਹੋਇਆ ਸੈਮੀ ਕਰੇਵ 'ਤੇ, ਬਹੁਤ ਹੀ ਪਿਆਰਾ ਸੀ ਗ੍ਰੀਨ ਸ਼ੇਡ ਹੈਗਾ ਇਹ। ਔਰ ਇਹਦੇ 'ਤੇ ਅਸੀਂ ਗੋਟੇ ਦਾ ਵਰਕ ਕੀਤਾ ਹੋਇਆ ਜੀ, ਇਹ ਦੇਖੋ ਗੋਟੇ ਦਾ ਵਰਕ ਹੈਗਾ, ਲਾਈਨਸ ਲਾਈਆਂ ਹੋਈਆਂ, ਵਿੱਚ ਅਸੀਂ ਗੋਟੇ ਦਾ ਇਹ ਜਿਹੜਾ ਵਰਕ ਕੀਤਾ ਹੋਇਆ ਘੇਰੇ ਦੇ ਉੱਪਰ। ਤੁਸੀਂ ਇਹਨੂੰ ਬੈਕ ਸਾਈਡ 'ਤੇ ਵੀ ਕਰਵਾ ਸਕਦੇ ਹੋ, ਔਰ ਅਸੀਂ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ। ਔਰ ਦੈਨ ਇਹਦੇ ਗਲੇ 'ਤੇ ਵੀ ਤੁਸੀਂ ਦੇਖੋ ਗੋਟੇ ਦਾ ਹੀ ਵਰਕ ਹੈਗਾ, ਨੀਚੇ ਅਸੀਂ ਇੱਕ ਫਲਾਰ ਦਿੱਤੀ ਹੋਈ ਹੈ। ਫਿਰ ਤੁਹਾਨੂੰ ਇਹਦੇ 'ਤੇ ਜਿਹੜੀ ਬਟਨਸ ਲਗਾਉਣ ਦੀ ਹੈ ਜਿਹੜੀ ਲੋੜ ਨਹੀਂ ਹੈਗੀ। ਸੋ ਤੁਸੀਂ ਸਿੰਪਲ ਇਹਨੂੰ ਰੈਡੀ ਕਰਵਾ ਸਕਦੇ ਹੋ। ਔਰ ਬਾਜੂ 'ਤੇ ਵੀ ਲਾਈਨਸ ਪਾ ਕੇ ਅਸੀਂ ਗੋਟੇ ਦਾ ਫਲਾਰ ਦਿੱਤਾ ਹੋਇਆ ਜੀ। ਔਰ ਇਹਦੇ ਨਾਲ ਆ ਜਿਹੜਾ ਅਸੀਂ ਦੁਪੱਟਾ ਹੈਗਾ, ਦੁਪੱਟਾ ਕੰਟਰਾਸਟ ਆ ਜੀ ਸੀ ਗ੍ਰੀਨ ਦੇ ਨਾਲ, ਜਿਵੇਂ ਡਾਰਕ ਕੰਟਰਾਸਟ ਅਸੀਂ ਦੁਪੱਟਾ ਦਿੱਤਾ। ਇਹ ਦੁਪੱਟੇ ਐਜ਼ ਇਟ ਇਜ਼ ਹੀ ਆਉਂਦੇ ਆ ਜੀ, ਮਿਲ ਡਾਈਡ ਹੁੰਦੇ ਆ। ਸੋ ਜੇ ਅਸੀਂ ਡਾਈ ਕਰਾਂਗੇ ਤਾਂ ਉਹਦੇ 'ਚ ਫਰਕ ਹੈ ਜਿਹੜਾ ਆਉਣਾ ਲਾਜ਼ਮੀ ਹੈ, ਫਰਕ ਆਏਗਾ ਕੁਛ ਨਾ ਕੁਛ ਕਲਰਸ ਦੇ ਵਿੱਚ ਡੋਰ ਡਾਈ ਕਰਨ ਦੇ ਵਿੱਚ। ਸੋ ਇਹ ਜਿਹੜੇ 3-4 ਸ਼ੇਡ ਸੀ, ਰੈੱਡ ਹੈ, ਗਾਜਰੀ ਡਾਰਕ ਗਾਜਰੀ ਨਿਊਨ ਸ਼ੇਡ ਹੈ, ਮਜੰਟਾ ਸ਼ੇਡ ਹੈ। ਸੋ ਇਹਦੇ ਵਿੱਚ ਜਿਹੜੀਆਂ ਅਸੀਂ ਲਾਈਨਸ ਪਾਈਆਂ ਹੋਈਆਂ ਗੋਟੇ ਦੀਆਂ, ਔਰ ਜਿਹੜਾ ਬਾਰਡਰ ਦਾ ਕੰਮ ਹੈਗਾ ਉਹ ਅਸੀਂ ਹੈਵੀ ਦਿੱਤਾ ਹੋਇਆ, ਜਿਵੇਂ ਘੇਰੇ 'ਤੇ ਦਿੱਤਾ ਹੋਇਆ, ਔਰ ਉਸੇ ਤਰ੍ਹਾਂ ਅਸੀਂ ਲਾਈਨਸ ਪਾ ਕੇ ਗੋਟੇ ਦਾ ਕੰਮ ਦਿੱਤਾ ਹੋਇਆ। ਇਹ ਪੂਰੇ ਜਿਹੜੀਆਂ ਕੰਨੀਆਂ ਹੈਗੀਆਂ ਇਹ ਫਰੰਟ ਵਾਲੀਆਂ, ਉਹ ਪੂਰੀਆਂ ਹੈਵੀ ਹੈ ਜੀ, ਉੱਪਰ ਤੱਕ ਦੇਖੋ ਤੁਸੀਂ। ਔਰ ਅਸੀਂ ਇਹਨੂੰ ਲੇਸ ਜਿਹੜੀ ਹੈਗੀ ਹੈ ਜ਼ਿਆਦਾ ਨਹੀਂ ਦਿੱਤੀ ਹੋਈ, ਸਿੰਪਲ ਅਸੀਂ ਜਿਹੜਾ ਚੰਪਾ ਲਗਾਇਆ ਹੋਇਆ, ਇਹ ਦੇਖੋ ਜੀ। ਔਰ ਇਹਦੀ ਫਿਨਿਸ਼ਿੰਗ ਹੈ ਜਿਹੜੀ ਓਵਰਆਲ ਬਹੁਤ ਹੀ ਹੈਵੀ ਦੁਪੱਟੇ ਦੀ ਫਿਨਿਸ਼ਿੰਗ ਹੈ। ਸੋ ਇੱਧਰਲੀ ਸਾਈਡ ਆ ਜਿਹੜਾ ਇਹ ਮਜੰਟਾ ਸ਼ੇਡ ਆ ਜਾਂਦਾ ਹੈ, ਮਜੰਟਾ ਦੇ ਉੱਪਰ ਆ ਜਿਹੜਾ ਗੋਟੇ ਦਾ ਵਰਕ ਹੋਇਆ ਉੱਧਰ ਔਰੇਂਜ ਸ਼ੇਡ ਹੈਗਾ। ਸੋ ਇਹ ਜਿਹੜੇ ਟਾਈ ਡਾਈ ਦੁਪੱਟੇ ਹੈਗੇ ਆ, ਇਹ ਬਹੁਤ ਹੀ ਇੱਕ ਯੂਨੀਕ ਜੀ ਲੁੱਕ ਦਿੰਦੇ ਹੈਗੇ ਆ, ਕਿਉਂਕਿ ਔਲਰੇਡੀ ਜਿਹੜੇ ਡਾਈਡ ਸ਼ੇਡ ਹੁੰਦੇ ਆ ਉਹਨਾਂ ਦੀ ਜਿਹੜੀ ਫਿਨਿਸ਼ਿੰਗ ਹੈ ਉਹ ਬਹੁਤ ਹੀ ਵਧੀਆ ਹੁੰਦੀ ਹੈ। ਸੋ ਤੁਸੀਂ ਇਹ ਔਡਰ ਕਰ ਸਕਦੇ ਹੋ ਜੀ ਕਿਸੇ ਵੀ ਕਲਰ ਕੰਬੀਨੇਸ਼ਨ 'ਚ। ਲਾਈਟ ਗ੍ਰੇ ਸ਼ੇਡ ਆਪਾਂ ਸੂਟ ਦਾ ਦੇ ਸਕਦੇ ਹਾਂ, ਲਾਈਟ ਸੀ ਗ੍ਰੀਨ ਦਿੱਤਾ ਹੋਇਆ, ਲਾਈਟ ਸਕਿਨ ਸ਼ੇਡ ਦੇ ਸਕਦੇ ਹੋ, ਨਾਲ ਤੁਸੀਂ ਕਲਰਫੁੱਲ ਆ ਜਿਹੜਾ ਦੁਪੱਟਾ ਕਰ ਸਕਦੇ ਹੋ। ਇਸ ਕਲਰ ਦੇ ਨਾਲ ਬਹੁਤ ਸਾਰੇ ਕਲਰ ਆਪਸ਼ਨ ਆ ਜਾਂਦੇ ਆ, ਪੀਚ, ਪਿੰਕ, ਲਾਈਟ, ਕੋਈ ਵੀ ਚਾਰਟ ਦੇ ਸਕਦੇ ਹੋ ਤੁਸੀਂ। ਸੋ ਇਹ ਜਿਹੜਾ ਦੁਪੱਟਾ ਹੈਗਾ ਦੇਖੋ ਤੁਸੀਂ ਬਹੁਤ ਹੈਵੀ ਹੈ। ਸੋ ਕੋਈ ਵੀ ਬੰਦਿਸ਼ ਨਹੀਂ ਹੈਗੀ ਜੀ ਕਿ ਤੁਸੀਂ ਇਸੇ ਸ਼ੇਡ 'ਤੇ ਬਣਾਉਣਾ, ਕਿਉਂਕਿ ਔਡਰ 'ਤੇ ਹੀ ਜਿਹੜੇ ਪੀਸ ਬਣਦੇ ਆ ਔਰ ਚਲੇ ਜਾਂਦੇ ਆ, ਤੁਸੀਂ ਵੀ ਸਟੋਕ ਨਹੀਂ ਹੁੰਦਾ ਬਿਲਕੁਲ ਵੀ। ਕੋਈ ਕਈ ਕਲਾਇੰਟਸ ਆ ਜਿਹੜੇ ਵਿਜ਼ਿਟ ਕਰਨਾ ਚਾਹੁੰਦੇ ਆ, ਸੋ ਮੈਂ ਉਹਨਾਂ ਨੂੰ ਦੱਸਣਾ ਚਾਹੂੰਗੀ ਕਿ ਮੇਰੇ ਕੋਲ ਸਟੋਕ ਨਹੀਂ ਹੁੰਦਾ। ਸੋ ਜਿਵੇਂ ਜਿਵੇਂ ਸੂਟ ਆ ਜਿਹੜੇ ਔਡਰ ਦੇ ਬਣ ਰਹੇ ਆ, ਸੋ ਜਾ ਰਹੇ ਆ,
ਤੁਸੀਂ ਇਸ ਨੂੰ ਆਰਡਰ ਕਰ ਸਕਦੇ ਹੋ ਜਾਰਜਟ ਤੇ ਕਰੇਵ ਤੇ ਐਨੀ ਵਿਸ਼ ਜਿਵੇਂ ਵੀ ਤੁਸੀਂ ਚਾਹੁੰਦੇ ਹੋ। ਸੋ ਇਸੇ ਤਰ੍ਹਾਂ ਤੁਸੀਂ ਨਵੇਂ ਨਵੇਂ ਡਿਜ਼ਾਈਨਸ ਆ ਜਿਹੜੇ ਇਸ ਚੈਨਲ ਤੇ ਤੁਹਾਨੂੰ ਮਿਲਣਗੇ। ਔਰ ਫਸਟ ਟਾਈਮ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰੋ, ਲਾਈਕ ਜ਼ਰੂਰ ਕਰਿਆ ਕਰੋ ਜੀ, ਕਮੈਂਟ ਜ਼ਰੂਰ ਕਰਿਆ ਕਰੋ ਕਿਵੇਂ ਦੇ ਲੱਗ ਰਹੇ ਆ। ਔਰ ਜਿਨ੍ਹਾਂ ਦੇ ਆਰਡਰ ਆ ਜਿਹੜੇ ਤੁਹਾਡੇ ਪਹੁੰਚ ਰਹੇ ਹੈਗੇ ਆ ਔਰ ਥੋੜ੍ਹਾ ਲੇਟ ਹੋ ਗਏ ਫਸਟ ਟਾਈਮ, ਸੋ ਦੈਨ ਅਸੀਂ ਨੈਕਸਟ ਜਿਹੜੇ ਆਰਡਰ ਆ ਟਾਈਮ 'ਤੇ ਹੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਔਰ ਕਿਵੇਂ ਦੇ ਬਣੇ ਹੋਏ ਆ ਸੂਟ ਸੇ ਤੁਸੀਂ ਫੀਡਬੈਕ ਜ਼ਰੂਰ ਦਿਆ ਕਰੋ ਜੀ ਯੂਟਿਊਬ 'ਤੇ ਚੈਨਲ 'ਤੇ ਆ ਕੇ। ਸੋ ਇਸੇ ਤਰ੍ਹਾਂ ਦੇ ਨਵੇਂ ਨਵੇਂ ਡਿਜ਼ਾਈਨਿੰਗ ਦੇਖਣ ਲਈ ਬਣੇ ਰਹੋ ਮੇਰੇ ਚੈਨਲ ਵੀ ਸਟਾਈਲਿਸ਼ 'ਤੇ ਜੀ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਸੋ ਮਚ।